ਮਾਰਨਿੰਗ ਸਟੂਡੈਂਟਸ ਅੱਜ ਅਸੀਂ ਗੱਲ ਕਰਾਂਗੇ ਸ਼ਬਦ ਰਚਨਾ ਸ਼ਬਦ ਰਚਨਾ ਦੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸ਼ਬਦ ਕੀ ਹੁੰਦੇ ਆ ਵਿਆਕਰਨੀ ਪੱਧਰ ਤੇ ਭਾਸ਼ਾ ਦੀ ਛੋਟੀ ਤੋਂ ਛੋਟੀ ਤੇ ਜਿਹੜੀ ਸਾਰਥਿਕ ਇਕਾਈ ਹੈ ਉਹਨੂੰ ਸ਼ਬਦ ਕਿਹਾ ਜਾਂਦਾ ਠੀਕ ਹੈ ਜਿਵੇਂ ਸਾਡੇ ਮੂੰਹ ਦੇ ਵਿੱਚੋਂ ਬਹੁਤ ਸਾਰੀਆਂ ਆਵਾਜ਼ਾਂ ਨਿਕਲਦੀਆਂ ਜਿਹਨੂੰ ਕਿ ਧੁਨੀ ਕਿਹਾ ਜਾਂਦਾ ਠੀਕ ਹੈ ਹੁਣ ਧੁਨੀਆਂ ਕੀ ਆ ਅਲੱਗ ਅਲੱਗ ਧੁਨੀਆਂ ਨੇ ਧੁਨੀਆਂ ਨੂੰ ਮਿਲਾ ਕੇ ਸ਼ਬਦਾਂ ਦੀ ਰਚਨਾ ਹੁੰਦੀ ਹੈ ਠੀਕ ਹੈ ਜਦੋਂ ਅਸੀਂ ਵਿਆਕਰਨਿਕ ਪੱਧਰ ਤੇ ਇਹਨਾਂ ਦੀ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਦੇ ਨਾਲ ਧੁਨੀਆਂ ਨੂੰ ਸ਼ਬਦਾਂ ਦੇ ਰੂਪ ਦੇ ਵਿੱਚ ਪੇਸ਼ ਕਰਦੇ ਹਾਂ ਠੀਕ ਹੈ ਉਹਨੂੰ ਸ਼ਬਦ ਕਹਿੰਦੇ ਆ ਸ਼ਬਦ ਕੀ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਹੁੰਦਾ ਵਿਕਾਰੀ ਇੱਕ ਹੁੰਦਾ ਅਵਿਕਾਰੀ ਵਿਕਾਰੀ ਸ਼ਬਦ ਅਵਿਕਾਰੀ ਸ਼ਬਦ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਵਿਕਾਰੀ ਸ਼ਬਦ ਵਿਕਾਰੀ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦੇ ਰੂਪ ਬਦਲਦੇ ਰਹਿੰਦੇ ਨੇ ਜਿਵੇਂ ਕਿ ਹੁਣ ਜਿਨ੍ਹਾਂ ਦੇ ਰੂਪ ਬਦਲਦੇ ਆ ਜਿਵੇਂ ਕਿ ਆਪਾਂ ਇੱਕ ਸ਼ਬਦ ਲੈ ਲਈਏ ਘਰ ਠੀਕ ਹੈ ਹੁਣ ਇਹਨਾਂ ਨੇ ਕੀ ਕਿਹਾ ਕਹਿੰਦੇ ਵਿਕਾਰੀ ਸ਼ਬਦ ਉਹ ਹੁੰਦੇ ਆ ਜਿਨ੍ਹਾਂ ਦੇ ਰੂਪ ਬਦਲਦੇ ਰਹਿੰਦੇ ਨੇ ਹੁਣ ਅਸੀਂ ਘਰ ਤੋਂ ਬਹੁਤ ਸਾਰੇ ਸ਼ਬਦ ਬਣਾ ਸਕਦੇ ਹਾਂ ਘਰੋਂ ਘਰੀ ਘਰਾਂ ਘਰਦਿਆਂ ਠੀਕ ਹੈ ਇਹਨਾਂ ਦੇ ਕੀ ਆ ਅਲੱਗ ਅਲੱਗ ਸ਼ਬਦ ਨੇ ਅਲੱਗ ਅਲੱਗ ਅਰਥ ਨੇ ਜਿਵੇਂ ਘਰ ਤੋਂ ਘਰੋਂ ਹੈ ਤਾਂ ਘਰ ਦੀ ਗੱਲ ਕੀਤੀ ਗਈ ਆ ਉਹਦੇ ਵਿੱਚ ਅਲੱਗ ਸ਼ਬਦ ਸਾਡੇ ਕੋਲ ਉਹਦਾ ਰੂਪ ਬਦਲ ਗਿਆ ਘਰੀ ਘਰਾਂ ਘਰਦਿਆਂ ਠੀਕ ਹੈ ਵੱਖੋ ਵੱਖਰੇ ਸ਼ਬਦਾਂ ਰੱਖ ਪੇਸ਼ ਕੀਤਾ ਜਾਂਦਾ ਜਿਹਦੇ ਰੂਪ ਬਦਲਦੇ ਆ ਉਹ ਕਹਿੰਦੇ ਆ ਵਿਕਾਰੀ ਸ਼ਬਦ ਪੰਜਾਬੀ ਦੇ ਵਿੱਚ ਨਾਮ ਪੜਨਾਮ ਵਿਸ਼ੇਸ਼ਣ ਤੇ ਕਿਰਿਆ ਵਰਗੇ ਸਾਰੇ ਸ਼ਬਦ ਵਿਕਾਰੀ ਹੁੰਦੇ ਆ ਜੇ ਅਸੀਂ ਪੰਜਾਬੀ ਦੇ ਨਾਮ ਦੀ ਗੱਲ ਕਰੀਏ ਹੁਣ ਜਿਹੜਾ ਘਰ ਘਰ ਹੈ ਇਹ ਨਾਮ ਹੀ ਆ ਪੰਜਾਬੀ ਦਾ ਨਾਮ ਤੋਂ ਅਸੀਂ ਬਹੁਤ ਸਾਰੇ ਅੱਗੇ ਸ਼ਬਦ ਬਣਾ ਸਕਦੇ ਹਾਂ ਪਰ ਨਾਮ ਦੀ ਗੱਲ ਕਰੀਏ ਤਾਂ ਜਿਹੜੇ ਨਾਮ ਦੀ ਜਗ੍ਹਾ ਤੇ ਵਰਤੇ ਜਾਂਦੇ ਆ ਉਹ ਇਹ ਤੁਸੀਂ ਅਸੀਂ ਠੀਕ ਆ ਵੱਖੋ ਵੱਖਰੇ ਸ਼ਬਦ ਨੇ ਜਿਹਨਾਂ ਦੇ ਕਿ ਰੂਪ ਬਦਲੇ ਜਾਂਦੇ ਆ ਜਿਹਨੂੰ ਕਿ ਵਿਕਾਰੀ ਸ਼ਬਦ ਦੇ ਵਿੱਚ ਲਿਆ ਜਾਂਦਾ ਅਵਿਕਾਰੀ ਜਿਹਨਾਂ ਦੇ ਰੂਪ ਨਹੀਂ ਬਦਲਦੇ ਜਿਵੇਂ ਨੇ ਨੂੰ ਪਰ ਠੀਕ ਹੈ ਇਹ ਅਵਿਕਾਰੀ ਸ਼ਬਦ ਨੇ ਜਿਹਨਾਂ ਦੇ ਸ਼ਬਦ ਮਤਲਬ ਜਿਹਨਾਂ ਦੇ ਰੂਪ ਨਹੀਂ ਬਦਲਦੇ ਜਿਹਦੇ ਵਿੱਚ ਆ ਜਾਂਦੇ ਆ ਸਾਡੇ ਸੰਬੰਧਕ ਯੋਜਕ ਤੇ ਵਿਸਮਿਕ ਇਹ ਅਵਿਕਾਰੀ ਨੇ ਕਿਉਂ ਕਿਉਂਕਿ ਉਸੇ ਤਰ੍ਹਾਂ ਹੀ ਰਹਿੰਦੇ ਨੇ ਜਿਵੇਂ ਸੰਬੰਧਕ ਤੇ ਯੋਜਕ ਦੀ ਗੱਲ ਕਰੀਏ ਜਿਹੜੇ ਕਿ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦੇ ਨੇ ਠੀਕ ਹੈ ਉਹਨਾਂ ਵਿੱਚ ਜਿਹੜੇ ਸੰਬੰਧਕ ਜਾਂ ਯੋਜਕ ਵਰਤੇ ਜਾਂਦੇ ਨੇ ਉਹ ਅਵਿਕਾਰੀ ਨੇ ਉਹਨਾਂ ਦਾ ਰੂਪ ਮਤਲਬ ਬਦਲਦਾ ਨਹੀਂ ਹੈ ਉਹ ਜਿਹੜੇ ਜਿਹੜੇ ਰੂਪ ਬਦਲਦੇ ਨਹੀਂ ਹੈਗੇ ਉਹ ਹੈ ਵਿਕਾਰੀ ਜਿਹੜੇ ਰੂਪ ਬਦਲਦੇ ਨੇ ਉਹ ਹੈ ਵਿਕਾਰੀ ਜਿਹੜੇ ਰੂਪ ਨਹੀਂ ਬਦਲਦੇ ਉਹ ਹੈ ਅਵਿਕਾਰੀ ਠੀਕ ਹੈ ਹੁਣ ਕੀ ਹੈ ਅਸੀਂ ਅਵਿਕਾਰੀ ਦੀ ਗੱਲ ਕਰੀਏ ਅਵਿਕਾਰੀ ਦੇ ਵਿੱਚ ਨੇ ਨੂੰ ਨੇ ਜਿਹੜੇ ਕਿ ਸੰਬੰਧਕ ਹੁੰਦੇ ਨੇ ਸੰਬੰਧਕ ਕੀ ਆ ਜਿਹੜੇ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦੇ ਨੇ ਠੀਕ ਹੈ ਇਸ ਲਈ ਇਹ ਸਾਰੇ ਅਵਿਕਾਰੀ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਦੇ ਰੂਪ ਨਹੀਂ ਬਦਲਦੇ ਠੀਕ ਹੈ ਨੈਕਸਟ ਅਸੀਂ ਗੱਲ ਕਰਦੇ ਹਾਂ ਕਹਿੰਦੇ ਅੰਦਰੂਨੀ ਬਣਤਰ ਦੇ ਆਧਾਰ ਤੇ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਆ ਜਿਹਦੇ ਵਿੱਚ ਆ ਜਾਂਦੇ ਆ ਮਿਸ਼ਰਤ ਸ਼ਬਦ ਤੇ ਸੰਯੁਕਤ ਸ਼ਬਦ ਮਿਸ਼ਰਤ ਸ਼ਬਦ ਸੈਕਿੰਡ ਹੈ ਸੰਯੁਕਤ ਸ਼ਬਦ ਮੁੱਖ ਰੂਪ ਵਿੱਚ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਆ ਅੰਦਰੂਨੀ ਬਣਤਰ ਦੇ ਆਧਾਰ ਤੇ ਵੀ ਦੋ ਤਰ੍ਹਾਂ ਦੇ ਜਿਹਦੇ ਵਿੱਚ ਕਿ ਮਿਸ਼ਰਤ ਸ਼ਬਦ ਤੇ ਸੰਯੁਕਤ ਸ਼ਬਦ ਹੁੰਦੇ ਆ ਮਿਸ਼ਰਤ ਸ਼ਬਦ ਉਹ ਹੁੰਦੇ ਆ ਜਿਹਨਾਂ ਦਾ ਰੂਪ ਅਗੇਤਰ ਜਾਂ ਪਿਛੇਤਰ ਲੱਗਣ ਦੇ ਨਾਲ ਬਦਲ ਜਾਂਦਾ ਹੈ ਜਿਵੇਂ ਕਿ ਲਿਖਦਾ ਲਿਖਦੇ ਲਿਖਾਂਗੇ ਠੀਕ ਹੈ ਜਿਹਨਾਂ ਦਾ ਰੂਪ ਬਦਲਦਾ ਹੈ ਪਰੰਤੂ ਸੰਯੁਕਤ ਸ਼ਬਦ ਵਿਉਂਤਪਕ ਅਗੇਤਰਾਂ ਪਿਛੇਤਰਾਂ ਜਾਂ ਦੋ ਤਿੰਨਾਂ ਦੇ ਸਮੇਂ ਨਾਲ ਬਣਦੇ ਹਨ ਜਿਵੇਂ ਕਿ ਆਪਾਂ ਸਮਾਸੀ ਸ਼ਬਦਾਂ ਦੀ ਗੱਲ ਕਰੀਏ ਜਿਵੇਂ ਉਹਦੇ ਵਿੱਚ ਕੀ ਹੁੰਦਾ ਜਿਹੜੇ ਦੋ ਵਾਕ ਨੇ ਆਪਸ ਦੇ ਵਿੱਚ ਜੁੜਦੇ ਨੇ ਜਿਵੇਂ ਲੋਕ ਸਭਾ ਠੀਕ ਹੈ ਰਾਜਕਾਲ ਚਾਹ ਪਾਣੀ ਠੀਕ ਹੈ ਇਹ ਕਿਹੜੇ ਚਾਹੁੰਦੇ ਆ ਸੰਯੁਕਤ ਸ਼ਬਦਾਂ ਦੇ ਵਿੱਚ ਆਉਂਦੇ ਆ
ਜਿਹਦੇ ਵਿੱਚ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦਾ ਸੁਮੇਲ ਬਣਦਾ ਹੈ ਉਹਨੂੰ ਕਹਿੰਦੇ ਆ ਸੰਯੁਕਤ ਵਾਕ। ਠੀਕ ਹੈ, ਨੈਕਸਟ ਅਸੀਂ ਗੱਲ ਕਰਦੇ ਹਾਂ ਸ਼ਬਦ ਰਚਨਾ ਦੀ। ਸ਼ਬਦ ਰਚਨਾ ਦੇ ਵਿੱਚ ਭਾਸ਼ਾ ਵਿਗਿਆਨਿਕ ਦ੍ਰਿਸ਼ਟੀਕੋਣ ਦੀ ਗੱਲ ਕਰੀਏ ਤਾਂ ਇਹਦੇ ਆਧਾਰ ਤੇ ਦੋ ਨੇ, ਇੱਕ ਤਾਂ ਉਤਪਤੀ ਦੇ ਆਧਾਰ ਤੇ, ਦੂਸਰਾ ਹੈ ਰੂਪ ਦੇ ਆਧਾਰ ਤੇ। ਉਤਪਤੀ ਦੇ ਆਧਾਰ ਤੇ ਸ਼ਬਦ ਦੋ ਪ੍ਰਕਾਰ ਦੇ ਮੰਨੇ ਜਾਂਦੇ ਆ, ਜਿਹਨੂੰ ਕਿ ਰੂੜੀ ਤੇ ਜੋਗੇ ਕਿਹਾ ਜਾਂਦਾ। ਰੂੜੀ ਸ਼ਬਦ ਉਹ ਹੁੰਦੇ ਨੇ ਜੋ ਸ਼ਬਦਾਂ ਤੇ ਸ਼ਬਦਾਂਸ਼ਾਂ ਦੇ ਮੇਲ ਨਾਲ ਨਹੀਂ ਬਣਦੇ। ਠੀਕ ਹੈ, ਸੈਕਿੰਡ ਹੈ ਜੋਗਿਕ। ਜੋਗਿਕ ਸ਼ਬਦ ਜੋ ਸ਼ਬਦਾਂ ਨਾਲ ਅਗੇਤਰ ਜਾਂ ਪਿਛੇਤਰ ਜੋੜ ਕੇ ਦੋ ਸ਼ਬਦਾਂ ਨੂੰ ਮਿਲਾ ਕੇ ਬਣਾਏ ਜਾਂਦੇ ਨੇ। ਠੀਕ ਹੈ, ਜਿਵੇਂ ਦੋ ਸ਼ਬਦਾਂ ਨੂੰ ਜੋੜ ਕੇ ਬਣਾਏ ਜਾਂਦੇ ਨੇ, ਜਿਵੇਂ ਕਿ ਆਪਾਂ ਗੱਲ ਕਰੀਏ ਰੰਡੇਪਾ, ਜਿਵੇਂ ਇਸ ਤੋਂ ਇਲਾਵਾ ਗੱਲ ਕਰੀਏ ਮਾਪੇ, ਮਾਂ ਪਲੱਸ ਪੇ ਮਾਪੇ। ਠੀਕ ਹੈ, ਇਹ ਜਿਹੜੇ ਸ਼ਬਦ ਨੇ ਇਹ ਜਗ ਰੂਪ ਦੇ ਵਿੱਚ ਆ ਜਾਂਦੇ। ਸਭ ਤੋਂ ਪਹਿਲੇ ਅਸੀਂ ਸਿੰਪਲ ਸ਼ਬਦ ਦੀ ਗੱਲ ਕੀਤੀ, ਜਿਹੜੇ ਦੋ ਪ੍ਰਕਾਰ ਦੇ ਆ, ਵਿਕਾਰੀ ਤੇ ਅਵਿਕਾਰੀ। ਠੀਕ ਹੈ, ਸੈਕਿੰਡਲੀ ਅਸੀਂ ਗੱਲ ਕੀਤੀ ਵੀ ਅੰਦਰੂਨੀ ਬਣਤਰ ਦੇ ਆਧਾਰ ਤੇ ਇੱਕ ਹੁੰਦਾ ਮਿਸ਼ਰਤ ਸ਼ਬਦ, ਇੱਕ ਹੁੰਦਾ ਸੰਯੁਕਤ ਸ਼ਬਦ। ਹੁਣ ਅਸੀਂ ਗੱਲ ਕੀਤੀ ਹੈ ਭਾਸ਼ਾ ਵਿਗਿਆਨਿਕ ਦ੍ਰਿਸ਼ਟੀਕੋਣ ਦੇ ਆਧਾਰ ਤੇ, ਇੱਕ ਹੈ ਰੂੜੀ ਸ਼ਬਦ, ਇੱਕ ਹੈ ਜੋਗਿਕ ਸ਼ਬਦ। ਠੀਕ ਹੈ, ਨੈਕਸਟ ਵਿਕਾਰੀ ਤੇ ਆਵਿਕਾਰੀ ਦੀ ਗੱਲ ਅਸੀਂ ਕਰ ਚੁੱਕੇ ਹਾਂ। ਵਾਕ ਵਿੱਚ ਵਰਤੇ ਜਾਣ ਵਾਲੇ ਸ਼ਬਦਾਂ ਦੇ ਅੱਠ ਵਰਗ ਮੰਨੇ ਜਾਂਦੇ ਨੇ। ਹੁਣ ਵਾਕ ਦੇ ਵਿੱਚ ਕਿਹੜੇ ਕਿਹੜੇ ਵਰਗ ਨੇ ਜਿਹਦੇ ਵਿੱਚ ਆ ਜਾਂਦੇ ਆ, ਨਾਉ, ਪੜਨਾਉ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਜੋਜਕ, ਵਿਸਮਿਕ। ਮਤਲਬ ਇਹਨਾਂ ਦੇ ਸਹਾਰੇ ਹੀ ਸ਼ਬਦਾਂ ਦੀ ਪੜਚੋਲ ਕੀਤੀ ਜਾਂਦੀ ਹੈ। ਠੀਕ ਹੈ, ਜਿਹਦੇ ਨਾਲ ਕਿ ਅਸੀਂ ਨਵੇਂ ਨਵੇਂ ਸ਼ਬਦ ਬਣਾ ਸਕਦੇ ਹਾਂ। ਨਾਂਵ, ਪੜਨਾਂਵ, ਕਿਰਿਆ, ਵਿਸ਼ੇਸ਼ਣ, ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਪੜ ਚੁੱਕੇ ਹਾਂ। ਇਸ ਤੋਂ ਇਲਾਵਾ ਕਰਤਾ, ਕਰਮ, ਕਿਰਿਆ, ਜਿਵੇਂ ਕਰਤਾ ਦੇ ਵਿੱਚ ਆ ਜਾਂਦਾ ਜਿਹੜਾ ਵਿਅਕਤੀ ਕੰਮ ਕਰ ਰਿਹਾ ਹੁੰਦਾ। ਠੀਕ ਹੈ, ਕੰਮ ਕਰਤਾ ਹੋ ਗਿਆ, ਕਰਮ ਦੇ ਵਿੱਚ ਵਿਅਕਤੀ ਜਿਹੜਾ ਵੀ ਕੰਮ, ਕਰਮ ਕੀ ਹੈ, ਕਰਮ, ਕਿਰਿਆ ਕੀ ਹੈ, ਜਿਹਦੇ ਰਾਹੀਂ ਮਤਲਬ ਕੋਈ ਵੀ ਕੰਮ ਜਾਂ ਕਿਰਿਆ ਕੀਤੀ ਜਾਂਦੀ ਹੈ। ਠੀਕ ਹੈ, ਇਸ ਤਰ੍ਹਾਂ ਕਰਤਾ, ਕਰਮ, ਕਿਰਿਆ ਦੇ ਸਹਾਰੇ ਜਿਹੜਾ ਵਾਕ ਹੈ ਉਹਨੂੰ ਸੰਪੂਰਨ ਕੀਤਾ ਜਾਂਦਾ। ਇਸ ਤੋਂ ਇਲਾਵਾ ਵਿਆਕਰਨਿਕ ਪੱਧਰ ਤੇ ਗੱਲ ਕਰੀਏ ਤਾਂ ਜਿਹੜੇ ਸ਼ਬਦ ਨੇ ਦੋ ਤਰ੍ਹਾਂ ਦੇ ਮੰਨੇ ਜਾਂਦੇ ਨੇ, ਸਾਰਥਿਕ ਤੇ ਨਿਰਾਰਥਿਕ। ਠੀਕ ਹੈ, ਅਸਲ ਦੇ ਵਿੱਚ ਭਾਸ਼ਾ ਦਾ ਲਿਖਤੀ ਰੂਪ ਆਉਣ ਵਾਲਾ ਕੋਈ ਵੀ ਸ਼ਬਦ ਨਿਰਾਰਥਿਕ ਨਹੀਂ ਹੁੰਦਾ, ਸਾਰਥਿਕ ਹੀ ਹੁੰਦਾ ਜਿਹਨਾਂ ਦਾ ਕੋਈ ਮੀਨਿੰਗ ਨਿਕਲਦਾ। ਜੇਕਰ ਅਸੀਂ ਕਹਿੰਦੇ ਹਾਂ ਪਾਣੀ ਪੀਓ ਤਾਂ ਇਸਦਾ ਅਰਥ ਹੈ ਕਿ ਅਗਲੇ ਨੂੰ ਪਾਣੀ ਤੋਂ ਬਿਨਾਂ ਹੋਰ ਕੋਈ ਚੀਜ਼ ਪੀਣ ਲਈ ਨਹੀਂ ਕਹਿੰਦੇ। ਠੀਕ ਹੈ, ਅਸੀਂ ਪਾਣੀ ਦੀ ਗੱਲ ਕੀਤੀ ਹੈ ਤਾਂ ਉਹਦੇ ਵਿੱਚ ਪਾਣੀ ਲਈ ਨਹੀਂ ਕਹਾਂਗੇ। ਠੀਕ ਹੈ, ਇਸ ਤੋਂ ਇਲਾਵਾ ਸਾਰਥਿਕ ਸ਼ਬਦ ਵੀ ਹੁੰਦੇ ਨੇ। ਸਾਰਥਿਕ ਸ਼ਬਦਾਂ ਦੀ ਵਰਤੋਂ ਦੇ ਨਾਲ ਸੁਤੰਤਰ ਰੂਪ ਦੇ ਵਿੱਚ ਇਹਨਾਂ ਦੀ ਵਰਤੋਂ ਨਹੀਂ ਹੁੰਦੀ, ਸਗੋਂ ਇਹ ਸਾਰਥਿਕ ਸ਼ਬਦਾਂ ਦੇ ਨਾਲ ਜੋੜ ਕੇ ਬਣਦੇ ਨੇ। ਠੀਕ ਹੈ, ਮਤਲਬ ਸਾਰਥਿਕ ਸ਼ਬਦ ਤੇ ਨਿਰਾਰਥਿਕ ਸ਼ਬਦ ਵੀ ਹੁੰਦੇ ਨੇ। ਕਹਿੰਦੇ ਜਿਹੜੇ ਸਾਰਥਿਕ ਤੇ ਨਿਰਾਰਥਿਕ ਦੋਨੋਂ ਲਿਖਤੀ ਰੂਪ ਵਿੱਚ ਹੁੰਦੇ ਨੇ, ਕੋਈ ਵੀ ਅਜਿਹਾ ਸ਼ਬਦ ਨਹੀਂ ਹੈਗਾ ਜਿਹੜਾ ਕਿ ਨਿਰਾਰਥਿਕ ਸ਼ਬਦ ਹੋਵੇ ਜਿਹਦਾ ਕਿ ਕੋਈ ਮੀਨਿੰਗ ਨਾ ਨਿਕਲਦਾ ਹੋਵੇ। ਠੀਕ ਹੈ, ਜਿਹਦੇ ਵਿੱਚ ਅਸੀਂ ਅੱਜ ਗੱਲ ਕੀਤੀ ਹੈ ਸ਼ਬਦ ਰਚਨਾ ਦੀ, ਵੱਖੋ ਵੱਖਰੇ ਸ਼ਬਦ। ਠੀਕ ਹੈ, ਮਤਲਬ ਵਿਆਕਰਨਿਕ ਪੱਧਰ ਤੇ ਉਹਨਾਂ ਦੀ ਵੰਡ ਕਿਵੇਂ ਕੀਤੀ ਗਈ ਹੈ, ਜਾਂ ਅੰਦਰੂਨੀ ਬਣਤਰ ਦੇ ਆਧਾਰ ਤੇ ਕਿੰਨੇ ਤਰ੍ਹਾਂ ਦੇ ਨਾ, ਜਾਂ ਇਸ ਤੋਂ ਇਲਾਵਾ ਭਾਸ਼ਾ ਵਿਗਿਆਨਿਕ ਦ੍ਰਿਸ਼ਟੀਕੋਣ ਦੇ ਆਧਾਰ ਤੇ ਜਿਹੜੇ ਸ਼ਬਦ ਨੇ ਉਹ ਕਿੰਨੇ ਪ੍ਰਕਾਰ ਦੇ ਮੰਨੇ ਜਾਂਦੇ। ਠੀਕ ਹੈ ਜੀ, ਥੈਂਕ ਯੂ।